ਇਹਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਦੇ ਨਾਲ ਜੇ ਕਿਤੇ ਵਿਗੜ ਵਿਗੜ ਜਾਂਦਾ ਉਹਦਾ ਸਿਆਸੀ ਤੌਰ ਤੇ ਲਾਹਾ ਲੈਣਾ, ਜਿਹੜਾ ਕਿਸੇ ਨੇ ਖਿਲਾਫ ਕਰਦੇ ਉਹਦਾ ਅਕਾਲੀ ਕਾਂਗਰਸੀ ਸਾਰੇ ਤੁਹਾਡੀ ਪਿੱਠ ਤੇ ਆਉਂਦੇ ਆ, ਤੇ ਜਦੋਂ ਤੁਸੀਂ ਇਹਨਾਂ ਵੱਲ ਨੂੰ ਜਾਂਦੇ ਉਦੋਂ ਤੇ ਫਿਰ ਪੂਰੇ ਤੁਹਾਡੇ ਭਗਵੰਤ ਮਾਨ ਨੇ ਪੀਲੀ ਪੱਗ ਦੇ ਨਸ਼ੇ ਦੁੱਗਣੀ ਕੁੱਟ ਭਗਵੰਤ ਮਾਨ ਦੇ ਰਾਜ ਚ ਪੈਂਦੀ ਆ। ਇਹ ਕਹਿੰਦਾ ਹੁੰਦਾ ਸੀ ਨਾ ਕਿ ਦੂਜੀ ਗੱਲ ਆ, ਸ਼ਾਇਦ ਮੇਰੇ ਵੀ ਪੀਲੀ ਜੀ ਪੱਗ ਬੰਨੀ ਹੋਈ ਆ ਤੇ ਖੋਤੀ ਭਗਤ ਸਿੰਘ ਦਾ ਵੀ ਪੱਗ ਬੰਨੀ ਹੋਈ ਆ। ਕਹਿੰਦਾ ਸਾਥੀ ਕਹਿੰਦੇ ਬਾਈ ਆ ਤੂੰ ਝਾੜੂ ਵਾਲਾ, ਉਹ ਮੈਂ ਕਿਹਾ ਭਰਾਵਾ ਝਾੜੂ ਵਾਲੇ ਨੀ ਅਸੀਂ ਆ ਫੋਟੋ ਲਾ ਕੇ, ਉਹ ਕਹਿੰਦਾ ਮੈਂ ਭਗਤ ਸਿੰਘ ਦਾ ਵਾਰਸ ਆ ਤਿੰਨ ਨਾਰੇ ਆ ਤੇ ਸਾਮਰਾਜ ਦਾ ਮਤਲਬ ਕਿ ਜਿੰਨੇ ਸਾਮਰਾਜੀ ਮੁਲਕ ਆ ਉਹਦੇ ਚਾਰ ਆ ਉਹਨਾਂ ਦੇ ਵਿਰੋਧ ਚ। ਮੈਂ ਇਸ ਵੇਲੇ ਡੱਬਵਾਲੀ ਬਾਰਡਰ ਤੇ ਆ ਤੇ ਕਿਸਾਨ ਲਗਾਤਾਰ ਐਗੀਟੇਸ਼ਨ ਹੈ ਕਰ ਰਹੇ ਨੇ ਔਰ ਸੜਕ ਦੇ ਉੱਪਰ ਕਿਸਾਨ ਬੈਠੇ ਹੋਏ ਨੇ ਕਿਉਂਕਿ ਇੱਕ ਵਾਰ ਸਰਕਾਰ ਨੇ ਪ੍ਰਪੋਜ਼ਲ ਦਿੱਤੀ ਹੈ ਦੁਬਾਰਾ ਤੋਂ ਕਿ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ। ਦੁਬਾਰਾ ਤੋਂ ਕਿਸਾਨਾਂ ਨੂੰ ਸੱਦਾ ਮਿਲਿਆ ਹੈ ਕਿ ਸਰਕਾਰ ਦੇ ਨਾਲ ਬੈਠੋ, ਗੱਲਬਾਤ ਕਰੋ, ਹਰ ਚੀਜ਼ ਦਾ ਜਿਹੜਾ ਹੱਲ ਹੈ ਉਹ ਗੱਲਬਾਤ ਦੇ ਨਾਲ ਨਿਕਲਦਾ, ਤਾਂ ਕਰਕੇ ਗੱਲਬਾਤ ਤੋਂ ਹੱਲ ਨਿਕਲਣ ਦੀ ਉਮੀਦ ਤਾਈ ਜਾ ਰਹੀ ਹੈ। ਪਰ ਦੂਸਰੇ ਪਾਸੇ ਕਿਸਾਨ ਨੇ ਬਠਿੰਡਾ ਦੇ ਵਿੱਚ ਵੀ ਆਰਾਮ ਦੇ ਨਾਲ ਬੈਠੇ ਹੋਏ ਨੇ, ਸੜਕਾਂ ਦੇ ਉੱਪਰ ਬੈਠੇ ਨੇ, ਇੰਤਜ਼ਾਰ ਹੈ ਸੀਨੀਅਰ ਲੀਡਰਾਂ ਦਾ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਕਾਲ ਆਉਂਦੀ ਹੈ, ਅੱਗੇ ਬਾਰਡਰ ਨੂੰ ਕ੍ਰੋਸ ਕਰਨਾ ਹੈ ਜਾਂ ਨਹੀਂ ਕਰਨਾ। ਡੱਬ ਵਾਲੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਾਫੀ ਵੱਡੀ ਗਿਣਤੀ ਵਿੱਚ ਕਿਸਾਨ ਨੇ ਜਿਹੜੇ ਇਸ ਜਗ੍ਹਾ ਤੇ ਬੈਠੇ ਨੇ, ਤੁਹਾਨੂੰ ਦੂਸਰੇ ਪਾਸੇ ਤਸਵੀਰਾਂ ਵੀ ਦਿਖਾਵਾਂਗਾ ਕਿ ਡੱਬ ਵਾਲੀ ਵਾਲੇ ਪਾਸੇ ਹਾਲ ਕੀ ਹੈ, ਡੱਬ ਵਾਲੀ ਵਾਲੇ ਪਾਸੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਹੋਏ ਨੇ, ਸੁਰੱਖਿਆ ਦੇ ਇੰਤਜ਼ਾਮ ਨੇ ਜਿਹੜੇ ਉਹ ਕਾਫੀ ਕਰੜੇ ਕੀਤੇ ਹੋਏ ਨੇ, 3 ਤੋਂ 4 ਲੇਅਰ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ ਹੋਏ ਨੇ, ਕਾਫੀ ਵੱਡੇ ਬੈਰੀਗੇਟ ਨੇ, ਕੰਡਿਆਲੀਆਂ ਤਾਰਾਂ ਦੇ ਨਾਲ ਪੂਰੇ ਦਾ ਪੂਰਾ ਰਸਤਾ ਬਲੌਕ ਕੀਤਾ ਹੋਇਆ, ਤਾਂ ਕਰਕੇ ਕਿਸਾਨ ਨੇ ਫਿਲਹਾਲ ਸ਼ਾਂਤੀ ਦੇ ਨਾਲ ਬੈਠੇ ਨੇ। ਇੰਤਜ਼ਾਰ ਇਹੀ ਕੀਤਾ ਜਾ ਰਿਹਾ ਕਿ ਸੀਨੀਅਰ ਲੀਡਰ ਦੀ ਜਿਹੜੀ ਕਾਲ ਹੈ ਉਹ ਕਿਸ ਤਰ੍ਹਾਂ ਦੀ ਕਾਲ ਆਉਂਦੀ ਹੈ ਤੇ ਉਸ ਤੋਂ ਬਾਅਦ ਆਖਿਰਕਾਰ ਅੱਗੇ ਦਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਦਾ ਰਹਿਣ ਵਾਲਾ। ਇੱਕ ਵਾਰ ਦੁਬਾਰਾ ਤੋਂ ਪ੍ਰਪੋਜ਼ਲ ਹੈ ਸਰਕਾਰ ਨੇ ਦਿੱਤੀ ਗਈ, ਹਾਂ ਨਹੀਂ ਪ੍ਰਪੋਜ਼ਲ ਇੱਕ ਵਾਰ ਫਿਰ ਸਰਕਾਰ ਦੀ ਆਈ ਹੈ ਕੀ ਹੁਣ ਅੱਗੇ ਤੁਹਾਡੀ ਸਟ੍ਰੈਟਜੀ ਰਹਿਣ ਵਾਲੀ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਰਜੀਤ ਹਣੀ, ਭਾਰਤੀ ਕਿਸਾਨ ਏਕਤਾ ਡਕੌਂਦਾ ਦਾ ਵਰਕਰ। ਜੋ ਪੰਜਾਬ ਸਰਕਾਰ ਨੇ ਉਹਨੇ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਮੀਟਿੰਗ ਕਰਨੀ ਆ, ਅਸੀਂ ਕਦੇ ਵੀ ਮੀਟਿੰਗ ਤੋਂ ਭੱਜੇ ਨਹੀਂ। ਸਰਕਾਰ ਦੀ ਜਿਹੜੀ ਵੀ ਮੀਟਿੰਗ ਆ ਉਸ ਦੇ ਮੀਟਿੰਗ ਦੇ ਵਿੱਚ ਸਾਡਾ ਜਾਣ ਦਾ ਫਰਜ਼ ਆ, ਜਿਹੜੀਆਂ ਜਥੇਬੰਦੀਆਂ ਲੜਨਗੀਆਂ ਉਹ ਜਾਣਗੀਆਂ। ਪਰ ਜੋ ਨਾਲ ਸਾਡਾ ਕੱਲ੍ਹ ਨੂੰ 22 ਤਰੀਕ ਨੂੰ ਫਿਰ ਸੰਯੁਕਤ ਮੋਰਚਾ ਜਿਹੜਾ ਭਾਰਤ ਪੱਧਰ ਦਾ ਉਹਦੇ ਮੀਟਿੰਗ ਰੱਖੀ ਵੀ ਆ ਕਿ ਜਿਹੜੀ ਵੀ ਕੌਲ ਆਊਗੀ ਉਹ ਕੌਲ ਦੇ ਮੁਤਾਬਕ ਅਸੀਂ ਜਿਹੜੇ ਅਗਲੇ ਕਦਮ ਵਧਾਵਾਂਗੇ। ਸ਼ਾਂਤਮਈ ਤਰੀਕੇ ਨਾਲ ਅਸੀਂ ਡੱਬ ਵਾਲੀ ਬਾਰਡਰ ਤੇ ਬੈਠੇ ਹਾਂ, ਅੱਗੇ ਵੀ ਸ਼ਾਂਤਮਈ ਤਰੀਕੇ ਨਾਲ ਜਦੋਂ ਵੀ ਸਰਕਾਰ ਚਾਹੇ ਗੱਲਬਾਤ ਕਰ ਲਈ, ਹਮੇਸ਼ਾ ਸਰਕਾਰ ਲਈ ਦਰਵਾਜ਼ੇ ਖੁੱਲ੍ਹੇ ਆ, ਕਦੇ ਗੱਲਬਾਤ ਤੋਂ ਨਹੀਂ ਭੱਜੇ, ਗੱਲਬਾਤ ਰਾਹੀਂ ਮਸਲਾ ਹੱਲ ਹੋਣਾ। ਅਸੀਂ ਵੀ ਚਾਹੁੰਦੇ ਹਾਂ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋਵੇ, ਜਿਹੜੀਆਂ ਪੈਂਟਿੰਗ ਮੰਗਾਂ ਪਈਆਂ ਜਿਹੜੀਆਂ ਰਹਿੰਦੀਆਂ ਮੰਗਾਂ ਦਿੱਲੀ ਮੋਰਚੇ ਦੀਆਂ ਉਹ ਸਰਕਾਰ ਮੰਨੇ, ਤਾਂ ਕਿ ਜਿਹੜੇ ਕਿਸਾਨ ਆ ਉਹ ਆਪਦੇ ਘਰਾਂ ਨੂੰ ਜਾਣ। ਉਮੀਦ ਕਿੰਨੀ ਹੈ ਗੱਲਬਾਤ ਤੋਂ? ਦੁਬਾਰਾ ਤੋਂ ਫਿਰ ਸਰਕਾਰ ਨੇ ਗੱਲਬਾਤ ਦਾ ਸੱਦਾ ਦਿੱਤਾ, ਕੇਂਦਰੀ ਮੰਤਰੀ ਕਹਿ ਰਹੇ ਕਿ ਗੱਲਬਾਤ ਕਰੋ, ਗੱਲਬਾਤਾਂ ਦੇ ਨਾਲ ਮਸਲਿਆਂ ਦਾ ਹੱਲ ਹੋ ਜਾਂਦਾ, ਸਿਰਫ ਐਗੀਟੇਸ਼ਨ ਕਰਨਾ ਹੱਲ ਨਹੀਂ ਹੁੰਦਾ। ਮੈਂ ਜੀ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਧਨੇਰ, ਜ਼ਿਲ੍ਹਾ ਜਨ ਸਕੱਤਰ ਬਠਿੰਡਾ। ਜਿਹੜਾ ਸਾਡਾ ਧਰਨਾ ਅੱਜ ਡੱਬ ਵਾਲੀ ਬਾਰਡਰ ਤੇ ਲਗਾਤਾਰ ਚੱਲ ਰਿਹਾ, ਅੱਗੇ ਨਾਲੋਂ ਜੇ ਅੱਜ ਤੁਸੀਂ ਵੇਖੋ 4 ਸਵੇਰੇ ਨਿਗਾਹ ਮਾਰ ਕੇ ਤਾਂ ਜਿਹੜੀ ਗਿਣਤੀ ਹੈ ਲਗਾਤਾਰ ਵੱਧ ਰਹੀ ਹੈ, ਕਿਉਂਕਿ ਇਹ ਕਿਸਾਨਾਂ ਦੇ ਵਿੱਚ ਆਟੋਮੈਟਿਕ ਰੋਹ ਹੈ ਇਸ ਚੀਜ਼ ਦਾ ਵੀ। ਇੱਕ ਤਾਂ ਜਿਹੜੀਆਂ 2020 ਦੇ ਵਿੱਚ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ, ਉਹ ਲਾਗੂ ਕਰਾਉਣ ਲਈ ਹੁਣ ਜਦੋਂ ਕਿਸਾਨ ਉੱਥੇ ਖਨੌਰੀ ਹੋ ਰਹੀ ਹੈ, ਮੀਟਿੰਗ ਹੋ ਰਹੀ ਹੈ, ਮੀਟਿੰਗ ਤੋਂ ਉਮੀਦਾਂ ਕਿੰਨੀਆਂ ਨੇ? ਤੁਸੀਂ ਆਰਾਮ ਦੇ ਨਾਲ ਬੈਠੇ ਹੋ, ਸ਼ਾਂਤੀ ਥੋੜੀ ਬਣਾਈ ਹੋਈ ਹੈ, ਮੀਟਿੰਗ ਤੋਂ ਉਮੀਦਾਂ ਕਿੰਨੀਆਂ ਨੇ? ਮੀਟਿੰਗ ਤੋਂ ਜੀ ਅੱਗੇ ਵੀ ਲਗਾਤਾਰ ਦੁਸ਼ਮਣ ਪਤਾ ਸੀ, 2020 ਦੇ ਵਿੱਚ ਬਥੇਰੀਆਂ ਮੀਟਿੰਗਾਂ ਚੱਲੀਆਂ, ਬਾਹਲਾ ਕੁਛ ਨਹੀਂ ਨਿਕਲਦਾ। ਗੋਗਲੂਆਂ ਤੋਂ ਮਿੱਟੀ ਝਾੜਨੇ ਬਰਾਬਰ ਹੋ ਸਕਦਾ ਵੀ ਕਦੇ ਅਸੀਂ 5 ਫਸਲਾਂ ਦੇ MSP ਦੇ ਸਕਦੇ ਹਾਂ, 5 ਸਾਲ ਦੇ ਸਕਦੇ ਹਾਂ, ਪਰ ਵੱਡੀ ਉਮੀਦ ਨਹੀਂ ਕੀਤੀ ਜਾਂਦੀ, ਕਿਉਂਕਿ ਜਿਹੜਾ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਦਾ
ਆ ਦੱਸ ਰਿਹਾ ਨਾ ਨਜ਼ਰੀਆ ਇਹਨਾਂ ਦਾ ਵੀ ਜਿਹੜਾ ਕਿਸਾਨਾਂ ਵੱਲ ਕੀ ਨਜ਼ਰ ਗਿਆ, ਇਸ ਕਰਕੇ ਵੱਡੀ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਜਿਹੜਾ ਸਾਡਾ ਇੱਥੇ ਅੰਦੋਲਨ ਹੈ ਉਹ ਲਗਾਤਾਰ ਸ਼ਾਂਤਮਈ ਚੱਲ ਰਿਹਾ, ਪਰ ਜੋ ਵੀ ਅੱਜ ਉੱਥੇ ਮੀਟਿੰਗ ਤੋਂ ਬਾਅਦ ਕੋਈ ਫੈਸਲਾ ਹੁੰਦਾ ਹੈ ਉਦੋਂ ਗਾਂਹ ਜਿਹੜੀ ਅਗਲੀ ਵਿਚਾਰ ਹੈ ਉਦੋਂ ਬਾਅਦ ਹੀ ਸਾਡੀ ਕੀਤੀ ਜਾਊ। ਪਰ ਧਰਨਾ ਸਾਡਾ ਪੀਸਫੁੱਲੀ ਵਧ ਗਿਆ, ਸਾਰਾ ਸ਼ਾਂਤਮਈ ਚੱਲਦਾ ਹੈ, ਲਗਾਤਾਰ ਇਸੇ ਤਰ੍ਹਾਂ ਧਰਨਾ ਚੱਲੀ ਜਾਊਗਾ। ਬਿਲਕੁਲ, ਜਿਸ ਤਰ੍ਹਾਂ ਦੀ ਕਾਲ ਹੈ, ਜਿਸ ਤਰ੍ਹਾਂ ਦੀ ਕਾਲ ਸੀਨੀਅਰ ਦੀ ਆਉਂਦੀ ਹੈ, ਉਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਮੀਟਿੰਗ ਦੇ ਵਿੱਚ ਨਿਕਲਦਾ ਕੀ ਹੈ, ਕਿਉਂਕਿ ਦੁਬਾਰਾ ਤੋਂ ਕੇਂਦਰ ਨੇ ਇੱਕ ਵਾਰ ਪ੍ਰਸਤਾਵ ਭੇਜਿਆ ਕਿ ਕਿਸਾਨ ਆ ਕੇ ਗੱਲਬਾਤ ਕਰਨ, ਗੱਲਬਾਤ ਦੇ ਨਾਲ ਮਸਲਿਆਂ ਦੇ ਹੱਲ ਹੁੰਦੇ ਨੇ, ਤਾਂ ਕਰਕੇ ਇੱਕ ਵਾਰ ਦੁਬਾਰਾ ਤੋਂ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਪ੍ਰਪੋਜ਼ਲ ਭੇਜੀ ਹੈ ਕਿ ਕਿਸਾਨ ਬੈਠ ਕੇ ਕਿਸੇ ਗੱਲਬਾਤ ਦੇ ਨਤੀਜੇ ਤੇ ਪਹੁੰਚਣ, ਬੈਠ ਕੇ ਪ੍ਰਪੋਜ਼ਲ ਨੂੰ ਪਾਸ ਕੀਤਾ ਜਾਵੇ, ਬੈਠ ਕੇ ਉਹਨਾਂ ਮਤਿਆਂ ਤੇ ਉਹਨਾਂ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇ, ਤਾਂ ਜੋ ਅੱਗੇ ਕਿਹੜਾ ਰਸਤਾ ਹੈ ਸੌਖਾ ਹੋ ਸਕੇ, ਕਿਸਾਨਾਂ ਦੀ ਡਿਮਾਂਡ ਹੈ ਪੂਰੀਆਂ ਹੋ ਸਕਣ। ਤਾਂ ਕਰਕੇ ਡੱਬਵਾਲੀ ਬਾਰਡਰ ਤੇ ਕਿਸਾਨ ਨੇ ਲਗਾਤਾਰ ਡਟੇ ਹੋਏ ਨੇ, ਲਗਾਤਾਰ ਸ਼ਾਂਤੀ ਦੇ ਨਾਲ ਬੈਠੇ ਹੋਏ ਨੇ, ਕਹਿ ਰਹੇ ਕਿ ਜਿਸ ਤਰ੍ਹਾਂ ਸੀਨੀਅਰ ਲੀਡਰਾਂ ਦੀ ਕਾਲ ਆਉਂਦੀ ਹੈ ਉਸੇ ਤਰ੍ਹਾਂ ਦਾ ਪ੍ਰੋਗਰਾਮ ਹੈ ਅੱਗੇ ਸਾਡਾ ਜਾਰੀ ਰਹੂਗਾ। ਕੈਮਰਾਮੈਨ ਵਿਨੋਦ ਦੇ ਨਾਲ ਸੂਰਜ ਭਾਨ, ਨਿਊਜ਼ 18 ਪੰਜਾਬ, ਡੱਬਵਾਲੀ ਬਾਰਡਰ। ਰੋਲ, ਮੈਂ ਇਸ ਵੇਲੇ ਡੱਬਵਾਲੀ ਦੇ ਬਾਰਡਰ ਤੇ ਹਾਂ। ਡੱਬਵਾਲੀ ਦੇ ਬਾਰਡਰ ਤੇ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਕੜੀ ਕਰ ਦਿੱਤੀ, ਪਰ ਦੂਸਰੇ ਪਾਸੇ ਕਿਸਾਨ ਨੇ ਜਿਹੜੇ ਉਹ ਬਾਰਡਰ ਦੇ ਉਸ ਪਾਰ ਬੈਠੇ ਹੋਏ ਨੇ ਪੰਜਾਬ ਵਾਲੇ ਇਲਾਕੇ ਦੇ ਵਿੱਚ, ਕਿਉਂਕਿ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਭੇਜਿਆ ਕਿ ਆ ਕੇ ਬੈਠ ਕੇ ਗੱਲਬਾਤ ਕੀਤੀ ਜਾਵੇ। ਦੁਬਾਰਾ ਤੋਂ ਗੱਲਬਾਤ ਮੀਟਿੰਗ ਕਦੋਂ ਤੈਅ ਹੁੰਦੀ ਹੈ, ਕਦੋਂ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਹੁੰਦੀ ਹੈ, ਪਰ ਦੂਸਰੇ ਪਾਸੇ ਹਰਿਆਣਾ ਵਾਲੇ ਪਾਸੇ ਤੁਸੀਂ ਵੇਖੋ ਕਿ ਥੋੜ੍ਹਾ ਜਿਹੀ ਸ਼ਾਂਤੀ ਹੈ, ਉਹ ਜ਼ਰੂਰ ਫੋਰਸ ਦੇ ਵਿੱਚ ਵੀ ਨਜ਼ਰ ਆ ਰਹੀ ਹੈ, ਰਿਲੈਕਸ ਮੂਡ ਦੇ ਵਿੱਚ ਫੋਰਸ ਬੈਠੀ ਹੈ, ਪਰ ਦੂਸਰੇ ਪਾਸੇ ਕਿਸਾਨ ਨੇ ਉਹ ਵੀ ਸ਼ਾਂਤੀ ਬਣਾਈ ਬੈਠੇ ਹੋਏ ਨੇ। ਔਰ ਕਿਉਂਕਿ ਕਿਸਾਨਾਂ ਨੂੰ ਸੀਨੀਅਰ ਦੀ ਜਿਹੜੀ ਕਾਲ ਹੈ, ਕਿਸ ਤਰ੍ਹਾਂ ਦੀ ਅੱਗੇ ਕਾਲ ਆਉਂਦੀ ਹੈ, ਕਿਸ ਤਰ੍ਹਾਂ ਦੀ ਸਟ੍ਰੈਟਜੀ ਅੱਗੇ ਬਣਦੀ ਹੈ, ਫਿਲਹਾਲ ਉਸ 'ਤੇ ਕਿਸਾਨਾਂ ਦੀ ਨਜ਼ਰ ਬਣੀ ਹੋਈ ਹੈ, ਪਰ ਦੂਸਰੇ ਪਾਸੇ ਦੇਖੋ ਕਿ ਬਾਰਡਰ ਦੇ ਇਸ ਪਾਰ ਹਰਿਆਣਾ ਵਾਲੀ ਸਾਈਡ ਹੈ, ਫੋਰਸ ਹੈ ਜ਼ਰੂਰ ਦੇ ਮੁਕਾਬਲੇ ਵਧਾ ਦਿੱਤੀ ਗਈ ਹੈ, ਬੈਰੀਗੇਟ ਨੇ ਜਿਹੜੇ ਉਹ ਵੀ ਕਰੜੇ ਕਰ ਦਿੱਤੇ ਗਏ ਨੇ। ਇੱਕ ਪਾਸੇ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜਾ ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਵੀ ਲਾਅ ਐਂਡ ਆਰਡਰ ਨੂੰ ਤੋੜਨ ਨਹੀਂ ਦੇਣਾ, ਤਾਂ ਕਰਕੇ ਸੁਰੱਖਿਆ ਦੇ ਇੰਤਜ਼ਾਮ ਨੇ ਜਿਹੜੇ ਉਹ ਕਾਫੀ ਕਰੜੇ ਕੀਤੇ ਹੋਏ ਨੇ, 4-6 ਲੇਅਰ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ ਹੋਏ ਨੇ, ਅਥਰੂ ਗੈਸ ਦੀਆਂ ਬੁਛਾੜਾ ਮਾਰਨ ਵਾਲੀਆਂ ਗੱਡੀਆਂ ਨੇ, ਵਾਟਰ ਕੈਨਨ ਦਾ ਇਸਤੇਮਾਲ ਕਰਨ ਵਾਸਤੇ ਗੱਡੀਆਂ ਨੇ, 4-5 ਲੇਅਰ ਦੀ ਸਿਕਿਉਰਿਟੀ ਇੰਤਜ਼ਾਮ ਕੀਤੇ ਹੋਏ ਨੇ, ਪਰ ਕਿਤੇ ਨਾ ਕਿਤੇ ਰਿਲੈਕਸ ਮੂਡ ਦੇ ਵਿੱਚ ਫੋਰਸ ਹੈ ਉਹ ਨਜ਼ਰ ਆ ਰਹੀ ਹੈ, ਕਿਉਂਕਿ ਕਿਸਾਨ ਨੇ ਉਹ ਕਾਫੀ ਇਸ ਬਾਰਡਰ ਤੋਂ ਪਿੱਛੇ ਖੜੇ ਹੋਏ ਨੇ। ਪਰ ਦੂਸਰੇ ਪਾਸੇ ਪ੍ਰਸਤਾਵ ਇਹ ਨਿਕਲ ਕੇ ਸਾਹਮਣੇ ਆਇਆ ਹੈ, ਇਹ ਕਹਿ ਰਹੇ ਹੈ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਹਾ ਕਿ ਸਾਡੇ ਨਾਲ ਗੱਲਬਾਤ ਕੀਤੀ ਜਾਵੇ, ਗੱਲਬਾਤ ਦੇ ਨਾਲ ਹਰ ਚੀਜ਼ ਦਾ ਹੱਲ ਨਿਕਲ ਸਕਦਾ ਹੈ। ਤਾਂ ਕਰਕੇ ਤੁਸੀਂ ਵੇਖੋ ਬਾਰਡਰ ਦੇ ਉੱਪਰ ਸੁਰੱਖਿਆ ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਵਧਾਈ ਗਈ ਹੈ, ਪਰ ਰਾਹਤ ਦੀ ਖਬਰ ਇਹ ਹੈ ਕਿ ਕਿਸਾਨਾਂ ਨੇ ਅੱਗੇ ਵਧਣ ਦਾ ਫੈਸਲਾ ਹੈ ਜਿਹੜਾ ਉਹ ਫਿਲਹਾਲ ਪੋਸਟਪੋਨ ਕਰ ਲਿਆ। ਉਹ ਕਹਿ ਰਹੇ ਕਿ ਜਿਸ ਤਰ੍ਹਾਂ ਸੀਨੀਅਰ ਦੀ ਕਾਲ ਆਉਂਦੀ ਹੈ, ਜਿਸ ਤਰ੍ਹਾਂ ਸਾਨੂੰ ਅੱਗੇ ਆਦੇਸ਼ ਆਉਂਦੇ ਨੇ, ਆਖਿਰਕਾਰ ਕਿਸਾਨਾਂ ਨੂੰ ਵੀ ਉਮੀਦ ਹੈ ਕਿ ਗੱਲਬਾਤ ਹੋਵੇ, ਗੱਲਬਾਤ ਦੇ ਵਿੱਚ ਡਾਇਲੋਗ ਦੇ ਨਾਲ ਕਿਸੇ ਚੀਜ਼ ਦਾ ਹੱਲ ਨਿਕਲੇ, ਤਾਂ ਜੋ ਕਿਸਾਨਾਂ ਦੀ ਜਿਹੜੀਆਂ ਡਿਮਾਂਡ ਹੈ, ਮੰਗਾਂ ਹੈ, ਉਹ ਪੂਰੀਆਂ ਹੋ ਸਕਣ।